ਦੇ ਕਰਤਾਰਪੁਰ ਕਸਬੇ ਵਿੱਚ ਇੱਕ ਮਹਿਲਾ ਨੇ ਮਾਮੂਲੀ ਵਿਵਾਦ ਮਗਰੋਂ ਆਪਣੇ ਪ੍ਰੇਮੀ ਨਾਲ ਰਲ ਕੇ ਪਤੀ ਦਾ ਗੁਪਤ ਅੰਗ ਵੱਢ ਦਿੱਤਾ। ਪੁਲਿਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਤਨੀ ਅਤੇ ਉਸਦਾ ਪ੍ਰੇਮੀ ਫਰਾਰ ਹੋ ਗਏ। ਆਂਢ ਗੁਆਂਢ ਦੇ ਲੋਕਾਂ ਨੇ ਪਤੀ ਦਾ ਚੀਕ ਚਿਹਾੜਾ ਸੁਣ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਪੀੜਤ ਦਲੀਪ ਕੁਮਾਰ ਨੇ ਦੱਸਿਆ ਕਿ ਉਸਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ। ਉਸਦੀ ਪਤਨੀ ਦਾ ਇਹ ਦੂਜਾ ਵਿਆਹ ਹੈ ਜਿਸ ਨੇ ਆਪਣੇ ਪ੍ਰੇਮ ਸੰਬੰਧਾਂ ਬਾਰੇ ਵਿਆਹ ਤੋਂ ਪਹਿਲਾਂ ਕੋਈ ਜ਼ਿਕਰ ਨਾ ਕੀਤਾ। ਦਲੀਪ ਕੁਮਾਰ ਮੁਤਾਬਕ ਉਹ ਘਰ ਵਿੱਚ ਸੌਂ ਰਿਹਾ ਸੀ ਜਦੋਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁਰੇ ਨਾਲ ਹਮਲਾ ਕਰ ਦਿੱਤਾ। ਪਿੰਡ 'ਚ ਜਾਂਦਾ ਜੀ, ਮੇਰਾ ਨਾਮ ਜੀ ਦਲੀਪ ਕੁਮਾਰ ਹੈ। ਗੱਲ ਹੋਇਆ ਜੀ, ਮੇਰੇ ਘਰ ਵਾਲੇ ਜੀ ਮੇਰਾ ਹਥਿਆਰ ਵੱਢਦਾ ਜੀ। ਅੱਛਾ।